All right, my name is Amarjot. I'm calling to talk to Mr. Deep, and it's 2:37 in Edmonton, Alberta right now. Deep naam hai apna? Haan ji, Amandeep. Amandeep. Kehdi jagah to? Main sir, actually, a tourist visa te Vancouver aaye hoye sir. Vancouver aaye ho tourist visa kinne chir pehla aaye ho matlab hunda lockdown chal reha sara lockdown to pehla hi jadon aaye si main udon lockdown ho gaya ji acha acha aante sara lockdown ho gaya kaam hai aur aunde naal hi si lockdown ho acha tourist visa pehli bar milya hai ki pehla bhi aa chuke ho nahi pehli bar hi okay 10 saal da visa haan ji I think jinni der da passport siga unni der da ji okay ki karde si india sir main agriculture karda siga ji agriculture farming wala haan ji अच्छा पर्पस की सी आंदा की केड़े पर्पस करके आए हो सर बिजनेस वास्ते ऐसी बिजनेस एक्टिविटी वास्ते बिजनेस खरीदना सी तुसी कुछ बिजनेस कर रहे हो उतने ही वो शो कीता सी कि मैं विजिट करन जाना दैट्स इट ओके गुड नो प्रॉब्लम हां जी अपना सवाल की है दसो की है सर एक्चुअली मैं ऐसी का कि मैं अपना वर्क परमिट कन्वर्ट करावा सर एक्चुअली मैं मैरिड हां ते मेरी वाइफ ने इंडिया तो ही पीआर लाई हुई है जी एंड वो ता पॉइंट स्कोर बहुत डाउन जा रहा है बिकॉज़ 447 ओदे पॉइंट है गया ओके थोड़ा जस्ट स्टॉप कर दो इथी स्वागत तोड़े वाइफ तोड़े नाल आए हुए हैं इंडिया है नहीं शी इज इन इंडिया उन्होंने लाई हुई है एज अ एक्सप्रेस एंट्री हां जी सर कितने पॉइंट्स हैं सर 447 अच्छा ठीक है ठीक हां जी सो ओथे तो कोई गुंजाइश है नहीं चाहता इंक्रीज होंदी है इंग्लिश इंप्रूव या कुछ और को डिग्री टगरी कुछ इस तरह एक्चुअली ऑलरेडी 8777 बैंड ता सीएलबी जिन्ना अचीव होना सी वो ता हो गया जी अच्छा जी अपन ट्रिपल ए यानी के 8 ऑल भी करदे ऑल ओवर 8 भी करदे ਤਾਂ ਉਹ ਜਾਂ 2 ਪੁਆਇੰਟ ਇਨਕਰੀਜ਼ ਹੁੰਦੇ ਜ਼ਿਆਦਾ ਨਹੀਂ ਓਏ ਐਂਡ ਮੇਰਾ ਕੁਝ ਨਹੀਂ ਸੀਗਾ ਕਿ ਉਹਨਾਂ ਲਈ ਜੌਬ ਆਫਰ ਦੇਖੀ ਜਾ ਸਕਦੀ ਹੈ ਜਾਂ ਮੈਂ ਆਪਣਾ ਵਰਕ ਪਰਮਿਟ ਕਨਵਰਟ ਕਰਾਉਣ ਦੀ ਕੋਸ਼ਿਸ਼ ਕਰਾਂਗੇ ਸਵਾਲ ਤੁਹਾਡਾ ਬੜਾ ਪੇਚੀਦਾ ਹੈ ਦੇਖੋ ਵਰਕ ਪਰਮਿਟ ਜੋ ਸਿਸਟਮ ਤੁਸੀਂ ਕਹਿ ਰਹੇ ਹੋ ਨਾ ਅੱਜ ਕੱਲ ਤੇ ਜੌਬ ਹੀ ਨਹੀਂ ਇੱਥੇ ਵਰਕ ਪਰਮਿਟ ਕਿੱਥੋਂ ਲਿਆਓਗੇ ਪਹਿਲੀ ਗੱਲ ਹਾਂਜੀ ਜੋ ਕੋਈ LMIA ਵਾਲਾ ਜਿਹੜਾ ਸਿਸਟਮ ਇੱਥੇ ਵੈਨਕੂਵਰ ਜੋ ਚੱਲਦਾ ਹੈ ਇੱਥੇ ਸਿਸਟਮ ਸਰੀ ਵਾਲਾ ਚੱਲਦਾ ਹੈ ਉਹ ਤੇ ਤੁਹਾਨੂੰ ਪਤਾ ਹੈ ਕਿ ਪੈਸੇ ਲੈ ਕੇ ਚੱਲਦਾ ਸਰਕਾਰਾਂ ਨੂੰ ਹਾਂਜੀ ਇਸ ਟੂ ਕੋਸਟਲੀ ਸਰਵਿਸ ਕੈਨੇਡਾ ਵਕੀਲਾਂ ਨੂੰ ਕੰਸਲਟੈਂਟ ਨੂੰ ਸਾਰਾ ਪਤਾ ਹੈ ਤੇ ਪੈਸੇ ਦੇ ਬੇਸ ਤੇ ਹੀ ਸਾਰਾ ਵਪਾਰ ਚੱਲਦਾ ਹੈ ਹਾਂਜੀ ਮੈਂ ਕਦੇ ਵੀ ਇਸ ਤੇ ਫੇਵਰ 'ਚ ਨਹੀਂ ਰਿਹਾ ਮਤਲਬ ਪਿਛਲੇ ਕਈ ਸਾਲ ਤੋਂ ਮੈਂ ਇਹਦੇ ਬਾਰੇ ਵੀਡੀਓ ਬਣਾ ਰਿਹਾ ਲੋਕਾਂ ਨੂੰ ਜਾਗਰਿਤ ਕਰ ਰਿਹਾ ਕਿ ਤੁਸੀਂ ਇਹ ਕੰਮ ਨਾ ਕਰੋ ਕਿਉਂਕਿ ਕਈ ਲੋਕਾਂ ਨੇ ਜਿਹਨਾਂ ਨੇ ਪੈਸੇ ਦਿੱਤੇ ਉਹਨਾਂ ਨੂੰ ਜੌਬ ਨਹੀਂ ਮਿਲੀ ਜਾਂ ਤੁਹਾਨੂੰ ਅਗਰ ਜੇ ਜੌਬ ਲੈਟਰ ਵੀ ਮਿਲ ਗਈ ਵਰਕ ਪਰਮਿਟ ਇਸ਼ੂ ਹੋ ਗਿਆ ਲੇਕਿਨ ਤੁਸੀਂ ਫਿਰ ਕੰਮ ਨਹੀਂ ਕਰ ਸਕੇ ਦੈਟ ਮੀਨਸ ਕਿ ਤੁਹਾਡੇ ਕੋਲ ਵਰਕ ਐਕਸਪੀਰੀਅੰਸ ਨਹੀਂ ਇਕੱਠਾ ਹੋਏਗਾ ਸੋ ਇਹ ਕਰਕੇ ਫਿਰ ਉਹ ਪ੍ਰੋਬਲਮ ਹੋ ਸਕਦੀ ਹੈ ਹੁਣ ਵੀ ਅੱਜ ਵੀ 6 ਮਹੀਨੇ ਬਾਅਦ ਅਗਲੇ ਸਾਲ ਦੀ ਪ੍ਰੋਬਲਮ ਹੋ ਸਕਦੀ ਹੈ ਸੋ ਇਸ ਕਰਕੇ ਇਹ ਟ੍ਰੈਪ ਹੈ ਥੋੜ੍ਹਾ ਜਿਹਾ ਇਸ ਜਾਬ ਥੋੜਾ ਦੂਰ ਹੀ ਰਹਿ ਬੱਚਾ ਤੇ ਮਤਲਬ ਬਚਤ ਹੋ ਸਕਦੀ ਹੈ ਸ਼ੋਰ ਸਰ ਜੀ ਨੰਬਰ 1 ਦੂਸਰਾ ਤੁਹਾਡੀ ਸਕਿੱਲ ਕੀ ਹੈ ਕਰਦੇ ਕੀ ਹੋ ਤੁਸੀਂ ਜੋ ਮੈਂ ਐਕਚੁਅਲੀ ਪਹਿਲਾਂ ਆਸਟ੍ਰੇਲੀਆ ਸੀਗਾ ਜੀ ਐਂਡ ਆ ਵਾਜ਼ ਸ਼ੈਫ देयर ਮੈਂ ਉੱਥੇ ਸਟੱਡੀ ਵੀ ਆਪਣੀ ਹੌਸਪਿਟੈਲਿਟੀ ਮੈਨੇਜਮੈਂਟ ਦੀ ਕੀਤੀ ਮੈਨੂੰ ਲੱਗ ਰਿਹਾ ਸੀ ਤੁਹਾਡੀ ਜਿਹੜੀ ਇੰਗਲਿਸ਼ ਦੇਖ ਕੇ ਮੈਨੂੰ ਲੱਗਦਾ ਤੁਸੀਂ ਡਾਇਰੈਕਟਲੀ ਇੰਡੀਆ ਤੋਂ ਆਣਾ ਪੋਸੀਬਲ ਨਹੀਂ ਹੈ ਤੁਸੀਂ ਇਸ ਤਰ੍ਹਾਂ ਆਇਓ ਫਾਰਮਿੰਗ ਕਰਦੇ ਲੱਗਦਾ ਤੁਸੀਂ ਕਿਤੇ ਬਾਹਰ ਦਾ ਕਿਤੇ ਸਵਾਦ ਚੱਕ ਕੇ ਆਇਓ ਜ਼ਰੂਰ ਹਾਂਜੀ ਹਾਂਜੀ ਸਰ ਆਸਟ੍ਰੇਲੀਆ ਤੋਂ ਆਇਓ ਹਾਂਜੀ ਜੀ ਆਸਟ੍ਰੇਲੀਆ ਸ਼ੈਫ ਸੀ ਤੁਸੀਂ ਸ਼ੈਫ ਹਾਂਜੀ ਸਰ ਮੈਂ ਰੈਸਟੋਰੈਂਟ 'ਚ ਜੌਬ ਕਰਦਾ ਸੀਗਾ ਜੀ ਓਕੇ ਥੋੜਾ ਜਿਹਾ ਇੱਥੇ ਥੋੜਾ ਜਿਹਾ ਵੀ ਹੈਵ ਟੂ ਜਸਟ ਡੈਲਵ ਇਨਟੂ ਡਿਟੇਲ ਸ਼ੈਫ ਤੁਸੀਂ ਸ਼ੈਫ ਦੀ ਟ੍ਰੇਨਿੰਗ ਕੀ ਲਈ ਸ਼ੈਫ ਸ਼ੈਫ ਸਰ ਐਕਚੁਅਲੀ ਮੈਂ ਸਟੱਡੀ ਕੀਤੀ ਸੀ ਕਿਉਂਕਿ ਜੇ ਮੈਂ ਸਟੂਡੈਂਟ ਵੀਜ਼ਾ ਤੇ ਗਿਆ ਸੀ ਉੱਥੇ ਐਂਡ 2 ਇਅਰ ਦਾ ਡਿਪਲੋਮਾ ਕੋਰਸ ਸੀਗਾ ਐਡਵਾਂਸ ਡਿਪਲੋਮਾ ਇਨ ਹੌਸਪਿਟੈਲਿਟੀ ਮੈਨੇਜਮੈਂਟ ਯਾ ਐਂਡ ਉਹ ਫਿਨਿਸ਼ ਕਰਨ ਤੋਂ ਬਾਅਦ ਆਪਾਂ ਨੂੰ ਜੌਬ ਐਕਸਪੀਰੀਅੰਸ ਸ਼ੋ ਕਰਕੇ ਫਿਰ ਆਪਾਂ ਨੂੰ ਪਰਮਾਨੈਂਟ ਵਾਸਤੇ ਅਪਲਾਈ ਕਰਨਾ ਪੈਂਦਾ ਮੈਂ ਐਕਚੁਅਲੀ ਉੱਥੇ ਆਪਣੀ ਟੈਂਪਰਰੀ ਰੈਜ਼ੀਡੈਂਸੀ ਲੈ ਲਈ ਸੀ ਬਟ ਪੀਆਰ ਦੇ ਵਿੱਚ ਕੁਝ ਪ੍ਰੋਬਲਮ ਆ ਗਈ ਸੀ ਡਾਕੂਮੈਂਟ ਰਿਟੇਸ਼ਨ ਦੇ ਵਿੱਚ ਸੋ ਆਈ ਹੈਵ ਟੂ ਲੀਵ ਆਸਟ੍ਰੇਲੀਆ ਅੱਛਾ ਅੱਛਾ ਤੇ ਫਿਰ ਮੈਂ ਇੰਡੀਆ ਜਾ ਕੇ ਗੋਟ ਮੈਰਿਡ ਐਂਡ ਵਾਈਫ ਨੇ ਆਪਣੀ ਪੀਆਰ ਦਾ ਪ੍ਰੋਸੈਸ ਸ਼ੁਰੂ ਕੀਤਾ ਸੀਗਾ ਐਂਡ ਉਹਦਾ ਕਰਕੇ ਹੁਣ ਪੁਆਇੰਟ ਨਹੀਂ ਜਾ ਰਹੇ ਤਾਂ ਉਹਦਾ ਕਰਕੇ ਫਿਰ ਨਹੀਂ ਮੈਂ ਯਾਨੀ ਕਿ ਟੂਰਿਸਟ ਵੀਜ਼ਾ ਲੈ ਲਿੱਤਾ ਸੀ ਮੈਨੂੰ ਮਿਲ ਗਿਆ ਈਜ਼ੀਲੀ ਬਟ ਉਹ ਜੇ ਵਾਈਫ ਦਾ ਨਾਲ ਲਾਉਂਦੇ ਸੀ ਫਿਰ ਫੈਮਿਲੀ ਟਾਈਜ਼ ਨਹੀਂ ਹੈ ਸੀ ਕੋਈ ਵੀ ਇੰਡੀਆ 'ਚ ਹਾਂਜੀ ਤਾਂ ਕਰਕੇ ਸਰ ਓਕੇ ਸ਼ੈਫ ਦਾ ਕੰਮ ਤੁਹਾਨੂੰ ਆਂਦਾ ਹੈ ਤੁਸੀਂ ਇਸ ਡਿਪਲੋਮਾ ਦੇ ਇਲਾਵਾ ਕਰ ਵੀ ਚੁੱਕੇ ਹੋ ਤੁਹਾਨੂੰ ਨੌਲੇਜ ਹੈ ਐਕਚੁਅਲੀ ਹਾਂਜੀ ਮੈਂ 1 ਸਾਲ ਤਕਰੀਬਨ 2 ਸਾਲ ਕਰ ਚੁੱਕਾ ਹਾਂ ਬਟ ਆਈ ਵਾਸ ਨੋਟ ਲਾਈਕ ਆ ਵਾਸ ਹੈਲਪਿੰਗ ਹੈ ਨੋਟ ਅ ਪ੍ਰੋਪਰ ਸ਼ੈਫ ਓਕੇ ਕਿਸ ਤਰ੍ਹਾਂ ਦੇ ਕਿਚਨ ਕਿਸ ਤਰ੍ਹਾਂ ਦੀ ਕਲਨਰੀ ਸਕਿੱਲ ਕਰਦੇ ਹੋ ਤੁਸੀਂ ਕੀ ਕਰਦੇ ਹੋ ਕੀ ਸ਼ੈਫ ਤੁਹਾਨੂੰ ਲੱਗ ਕਿਸ ਤਰ੍ਹਾਂ ਦੀ ਸਰ ਐਕਚੁਅਲੀ ਤਾਂ ਸੈਲਡ ਵਗੈਰਾ ਬਣਾ ਲੈਂ ਬਣਾਉਣ ਦਾ ਹੈਲਪਿੰਗ ਹੁੰਦਾ ਸੀ ਹਾਂ ਭਾਈ ਐਂਡ ਪ੍ਰੈਪਰੇਸ਼ਨ ਕਰਨੀ ਸਾਰੀ ਕੰਟੀਨੈਂਟਲ ਹਾਂਜੀ ਅੱਛਾ ਅੱਛਾ ਓਕੇ ਸੋ ਇਤੋਂ ਨਾਲ ਸ਼ਾਇਦ ਕੁਝ ਤੁਹਾਡਾ ਭਲਾ ਹੋ ਸਕਦਾ ਹੈ ਇਦਾਂ ਕਰੋ ਕਿ ਅੱਜ ਕੱਲ ਕਿਉਂਕਿ ਕੋਰੋਨਾ ਵਾਇਰਸ ਕਰਕੇ ਸਾਰਾ ਕੰਮ ਠੱਪ ਹੈ ਹਾਂਜੀ ਸਰ ਜੋ ਕੰਮ ਖੁੱਲੇ ਹੋਏ ਆ ਇਸ ਵਕਤ ਹਾਂਜੀ ਤੇ ਹੋਰ ਵੀ ਉਮੀਦ ਕਰ ਸਕਦੇ ਆ ਜਿਹੜੇ ਖੁੱਲੇ ਰਹਿਣਗੇ
ਉਹ ਹੈ ਜਿਹੜੇ ਕੰਮ ਹਸਪੀਟਲ ਵਿੱਚ ਹੋ ਰਹੇ ਹਨ। ਓਕੇ ਹਸਪੀਟਲ ਤੁਸੀਂ ਜੇ ਤੁਹਾਡੇ ਕੋਲ ਹੁਨਰ ਹੈ, ਡਿਪਲੋਮਾ ਹੈ, ਯੰਗ ਹੋ, ਤੁਸੀਂ ਜਜ਼ਬਾ, ਤੁਸੀਂ ਕਰ ਸਕਦੇ ਹੋ ਜਾ ਕੇ ਜੋਬ ਕਿਸੇ ਕੰਸਲਟੈਂਟ ਤੋਂ। ਇਸ ਤਰ੍ਹਾਂ ਦਾ ਕੋਈ ਜਨਰਲ ਜੋਬ ਜੋਬ ਆਫਰ ਦੀ ਨਹੀਂ, ਤੁਸੀਂ ਜੋਬ ਲਓ ਕੋਈ ਸਮਥਿੰਗ ਟੂ ਰਿਲੇਟਿਡ ਟੂ ਕਿਚਨ ਇਨ ਹਸਪੀਟਲ। ਓਕੇ ਜਿੰਨੇ ਵੀ ਹਸਪਤਾਲ ਖੁੱਲ੍ਹੇ ਹੋਏ ਆ ਅੱਜ ਕੱਲ੍ਹ, ਜਿਹੜੇ ਨਰਸਿੰਗ ਆਲਸੋ ਨਰਸਿੰਗ ਹੋਮਸ ਐਕਚੁਅਲੀ, ਜਿੱਥੇ ਕਿਚਨ, ਕਿਉਂਕਿ ਇਹ ਰੋਟੀ ਪਾਣੀ ਸਰਵ ਕਰਦੇ ਆ ਜਿਹੜੇ ਬਜ਼ੁਰਗ ਹੈ, ਉੱਥੇ ਜਿਹੜੇ ਪੇਸ਼ੈਂਟਸ ਸੋਰੀ ਜੋ ਜਿਹੜੇ ਲੋਕ ਐਡਮਿਟ ਹੈ ਸਾਰੇ, ਉੱਥੇ ਪਤਾ ਕਰੋ ਕਿ ਤੁਹਾਨੂੰ ਕੋਈ ਹਸਪੀਟਲ ਜਾਂ ਨਰਸਿੰਗ ਹੋਮ ਰਿਲੇਟਿਡ ਕਿਚਨ ਦੀ ਕੋਈ ਤੁਹਾਨੂੰ ਜੋਬ ਮਿਲ ਜਾਏ। ਦੈਟ ਇਜ਼ ਦੀ ਮਾਈ ਬੈਸਟ ਆਈਡੀਆ ਫੋਰ ਯੂ ਰਾਈਟ ਨਾਓ। ਓਕੇ ਸਰ, ਲਾਈਕ ਵੀ ਕੈਨ ਡੂ ਐਜ਼ ਅ ਵਲੰਟੀਅਰ ਐਜ਼ ਵੈਲ। ਨਹੀਂ ਵਲੰਟੀਅਰ, ਤੁਸੀਂ ਵਲੰਟੀਅਰ ਕਰ ਲਓ ਜਾ ਕੇ, ਵਲੰਟੀਅਰ ਕਰ ਲਓ, ਲੇਕਿਨ ਵਲੰਟੀਅਰ ਦਾ ਥੋੜਾ ਖਤਰਾ ਹੈ ਐਕਚੁਅਲੀ। ਤੁਸੀਂ ਵਲੰਟੀਅਰ ਦਾ ਪਤਾ ਕੀ ਹੈ, ਮੇਰੇ ਕੋਲ ਇਸ ਤਰ੍ਹਾਂ ਦੇ ਕੁਝ ਕਲਾਇੰਟਸ ਆਏ ਸਨ ਅੱਜ ਤੋਂ 2-3 ਸਾਲ ਪਹਿਲਾਂ ਜਿਹੜੇ ਵਲੰਟੀਅਰ ਕਰਦੇ ਸੀ। ਓਕੇ ਜੀ, ਤੇ ਉਹਨਾਂ ਦਾ ਕੋਈ ਹੋਰ ਕੋਈ ਸਟੇਟਸ ਚੇਂਜ ਹੋਇਆ, ਤੇ ਜਦੋਂ ਪਹੁੰਚੇ ਬਾਰਡਰ ਤੇ ਉਹਨਾਂ ਨੂੰ ਪੁੱਛ ਲਿਆ ਕਿ ਵੀ ਹਾਊ ਆਰ ਯੂ ਵਰਕਿੰਗ, ਕਹਿੰਦੇ ਆਈ ਵਾਸ ਵਰਕਿੰਗ ਵਲੰਟੀਅਰ। ਈਵਨ ਵਲੰਟੀਅਰ ਇਜ਼ ਨਾਟ ਅਲਾਊਡ। ਓਕੇ, ਜਿਹੜਾ ਟੂਰਿਸਟ ਵੀਜ਼ਾ ਹੈ ਨਾ, ਕਈ ਵਾਰ ਟੂਰਿਸਟ ਵੀਜ਼ਾ ਤੇ ਲੋਕ ਸੋਚਦੇ ਕਿ ਅਸੀਂ ਵਲੰਟੀਅਰ ਕਰ ਲਈਏ ਵਿਦਆਊਟ ਵੇਜਸ, ਇਟ ਇਜ਼ ਨਾਟ ਅਲਾਊਡ, ਕਿਉਂਕਿ ਕੋਈ ਨਾ ਕੋਈ ਤੁਹਾਨੂੰ ਉਹ ਬੈਨੀਫਿਟ ਤੇ ਤੁਹਾਨੂੰ ਦੇ ਰਹੇ ਹੈ। ਤੁਹਾਨੂੰ ਸ਼ਾਇਦ ਕੋਈ ਟਰਾਂਸਪੋਰਟੇਸ਼ਨ ਬੈਨੀਫਿਟ ਦੇਣਗੇ ਜਾਂ ਕੋਈ ਵਾਊਚਰਸ ਵਗੈਰਾ, ਕੁਛ ਨਾ ਕੁਛ ਤੁਹਾਨੂੰ ਅਗਰ ਜੇ ਕੁਛ ਆਫਰ ਕਰਦੇ ਹੈ, that interferes on the definition of employment itself. Okay sir, employment the definition ye nahi hai ki sirf tanu tankha milegi, kuch hor bhi tankha de avas vich kuch hor milda hai, that is also called employment, paave thoda hi milda ho. So just be very careful where do you volunteer or what and what is the situation. Te pehla unna to likhwa lo ki mainu kuch nahi chahida, mainu bas aake seva hi karni hai, niswarth bhav seva karni, nishkam seva hi karni hai. Apna likhwa lo kagaz se. Number 1, the strategy is to show that you can do a certain thing, bhave wo Vancouver ho ya Toronto ho, jithe bhi long term care vich jithe is waqt problem chal rahi hai, utthe tusi pata karo ki bhi unna nu kitchen ya kitchen attendant ya kitchen cook ya chef ya whatever, you know, whatever. Anything to do, I think that has the best chance, that is the most and best chance for them to, you know, apply for LMIA. If they are applying for LMIA may take some long time right now for some scan up, I don't know, but that is my best practical suggestion for you. Oh lao de vich paisa zyada lagna nahi tada, yeah, utthe proceed karo. Baki that is one idea. Second is tade wife nu agar je job mildi hai, what is her profession? Sir, she is a sales manager in India in electronic store. ਲੇਕਿਨ ਅੱਜ ਜਿਹੜਾ ਸਮਾਂ ਹੈ, ਜਿਹੜਾ ਅੱਜ ਤੋਂ 6 ਮਹੀਨੇ ਤੱਕ ਜਾਂ ਮੇਬੀ ਈਵਨ ਅਪ ਟੂ ਈਅਰ, ਜਿੰਨੇ ਵੀ ਜੋਬ ਆਫਰ ਹੈ, ਵਟ ਆਈ ਐਮ ਸੀਇੰਗ ਇਸ ਦੈਟ ਦੀਸ ਜੋਬ ਆਫਰਸ ਵਿਲ ਬੀ ਸਕਰੂਟਨਾਈਜ਼ਡ ਵੈਰੀ ਡੀਪਲੀ, ਐਂਡ ਯੂ ਨੋ ਦ ਇਮੀਗ੍ਰੇਸ਼ਨ ਔਰ ਦ ਵੀਜ਼ਾ ਆਫਿਸਰ ਇਨ ਨਿਊ ਦਿੱਲੀ ਕੈਨ ਚੈਲੰਜ ਦ ਜੋਬ ਆਫਰ ਇਟਸੈਲਫ ਬਿਕੋਜ਼ ਇਟਸ ਨੋਟ ਬੋਨਾਫਾਈਡ। ਇੱਥੇ ਹਜ਼ਾਰਾਂ ਦੀ ਤਰ੍ਹਾਂ ਤੇ ਤਾਦਾਦ ਦੇਖ ਹੈ ਜਿਹੜੇ ਲੋਕ ਬੇਰੁਜ਼ਗਾਰ ਬੈਠੇ ਆ, ਘਰ ਬੈਠੇ ਆ, ਲੋਕਡਾਊਨ ਬੈਠੇ ਹੈ, ਤੇ ਆਲ ਆਫ ਅ ਸਡਨ ਇੱਕ ਕਿਸੇ ਫੋਰਨ ਵਰਕਰ ਨੂੰ ਇੱਕ ਜੋਬ ਆਫਰ ਆ ਗਿਆ, ਆਮੇ ਇਟ ਡਸ ਨੋਟ ਮੇਕ ਸੈਂਸ। So just be very careful, tade paise bhi mare ja sakde hain, kam bhi na bane, there's no guarantee ki kam banega. Haan ji, so I don't like that idea. I think both from a practical viewpoint and both from a immigration law viewpoint, that's a bad idea to, you know, get a job offer for your wife. Yeah, apna hi tusi apna dekh lo, kuch agar ho sakda hai te kar lo as a kitchen or whatever. Yeah, I think sir, that has the maximum potential of, you know, turning into something positive. Yeah, I think so, that's a good idea. Yeah. agar oh bhi nahi hunda, agar je oh bhi click nahi hunda, te phir te aakhri chala te lokan da ehi hai ki bhi oh itthe aake kuch na kuch padhai puri karde. Okay, so I have to go for study.
ਤੁਸੀਂ ਵੀ ਕੋਈ ਨਾ ਕੋਈ ਸ਼ੈਫ ਡਿਪਲੋਮਾ ਵਾਲਾ 1 ਸਾਲ 2 ਸਾਲ ਦਾ ਪ੍ਰੋਗਰਾਮ, ਅਗਰ ਜੇ ਤੁਹਾਡੇ ਕੋਲ ਪੈਸਾ ਹੈ, ਆਈ ਥਿੰਕ ਯੂ ਆਰ ਰੈਡੀ ਟੂ ਪੇ ਮਨੀ, ਜੇ ਹੈ ਤੇ ਉਹ ਕੋਈ 2 ਸਾਲ ਦਾ ਡਿਪਲੋਮਾ ਸ਼ੈਫ ਵਾਲਾ ਦੇਖ ਲਓ, ਐਂਡ ਦੈਨ ਯੂ ਕੈਨ ਅਪਲਾਈ ਫਾਰ ਅ ਸਟੱਡੀ ਪਰਮਿਟ. ਓਕੇ, ਬਟ ਦਿਸ ਇਜ਼ ਆਲ ਕੰਡੀਸ਼ਨਲ, ਵੀ ਡੋਨਟ ਨੋ ਹਾਊ ਇਟ ਵਿਲ ਟਰਨ ਆਊਟ ਬਿਕੋਜ਼ ਐਵਰੀਥਿੰਗ ਇਜ਼ ਲੌਕਡਾਊਨ ਐਟ ਦ ਮੂਮੈਂਟ, ਸਾਰਾ ਕੁਝ ਸ਼ਟਡਾਊਨ. ਲੌਕਡਾਊਨ ਦੇ ਇਲਾਵਾ ਇੱਕ ਚੀਜ਼ ਹੋਰ ਹੈ ਕਿ ਵੀ ਤੁਸੀਂ ਆਸਟ੍ਰੇਲੀਆ ਵੀ ਪੜ੍ਹ ਕਰ ਆਏ ਹੋ, ਫਿਰ ਤੁਸੀਂ ਇੰਡੀਆ ਵੀ ਚਲੇ ਗਏ, ਤੁਹਾਡੀ ਐਪਲੀਕੇਸ਼ਨ ਵੀ ਪੀਆਰ ਦੀ ਚੱਲ ਰਹੀ ਹੈ. All of a sudden, you got, you know, desire to study after getting a tourist visa. Things are suspicious. Things looks very suspicious. As a student, I'm not satisfied ki tuhadi intention waqi study di hai ki study de bahane karke tusi koi apna koi hor irada tusi apna tayar kar rahe. So that is always a potential. But hey, sir, is it? ਇੱਕ ਹੋਰ ਕੁਐਸਚਨ ਹੈਗਾ, ਇਜ਼ ਇਟ ਪੋਸੀਬਲ ਕਿ ਵਾਈਫ ਸਟੂਡੈਂਟ ਵੀਜ਼ਾ ਅਪਲਾਈ ਕਰ ਸਕਦੇ ਨੇ ਆਪਣਾ? ਵਾਈਫ ਵੀ ਕਰ ਸਕਦੀ ਹੈ, ਪਰ ਉਹ ਜ਼ਿਆਦਾ ਫੈਕਟਰ ਤੇ ਹੈ ਨਹੀਂ, ਮਤਲਬ ਕਿ ਉਹ ਉਹਨਾਂ ਨੇ ਕੀ ਕਰਨਾ ਹੈ, ਜਿਹੜਾ ਉਹ ਆਲਰੇਡੀ ਬੈਠੀ ਹੈ, ਸ਼ੀ ਇਜ਼ ਅ ਪ੍ਰਾਇਮਰੀ ਐਪਲੀਕੈਂਟ ਔਨ ਐਕਸਪ੍ਰੈਸ ਐਂਟਰੀ, ਅਤੇ ਉਹਦੀ ਪੜ੍ਹਾਈ ਵੀ ਮੇਰੇ ਖਿਆਲ ਮਾਸਟਰ ਡਿਗਰੀ ਹੈ ਉਹਦੇ ਕੋਲ. ਹਾਂਜੀ ਹਾਂਜੀ, ਦੇਖੋ ਹੁਣ ਫਰਕ ਆ ਗਿਆ, ਉਹਦੇ ਕੋਲ ਆਲਰੇਡੀ ਮਾਸਟਰ ਡਿਗਰੀ ਹੈ, ਹੁਣ ਗਾਂ ਉਹਨਾਂ ਨੇ ਕਿਹੜੀ ਪੜ੍ਹਾਈ ਕਰਨੀ? ਹਾਂਜੀ, ਆਈ ਡੋਨਟ ਨੋ ਵਟ ਸ਼ੀ ਵਿਲ ਸਟੱਡੀ. ਯੈਪ, ਐਂਡ ਯੂ ਨੋ, ਆਈ ਥਿੰਕ you have a better chance of getting a study study permit. Okay. Because you already have some kind of trade qualification with a share something. ਪਰ ਇਹ ਮੈਨੂੰ ਪਤਾ ਨਹੀਂ, ਕਿਉਂਕਿ ਤੁਸੀਂ ਟੂਰਿਸਟ ਵੀਜ਼ਾ ਲੈ ਕੇ ਆਏ ਹੋ, ਟੂਰਿਸਟ ਵੀਜ਼ਾ ਜਦ ਤੁਸੀਂ ਫਾਰਮ ਭਰਿਆ, ਕੀ ਤੁਸੀਂ ਭਰ ਕੇ ਆਏ ਹੋ, ਕੀ ਕਰਨ ਜਾ ਰਹੇ ਹੈ, ਆਲ ਆਫ ਅ ਸਡਨ ਉਸ ਬੈਕਗਰਾਉਂਡ ਵਿੱਚ ਜੋ ਕੁਝ ਹੁੰਦਾ ਹੈ ਉਹ ਬੈਕਗਰਾਉਂਡ ਨੂੰ ਗਾਂ ਫਿਰ ਉਹ ਮੈਚ ਕਰਦੇ ਹੈ ਕਿ ਵੀ ਬੰਦਾ ਉਹ ਹੀ ਹੈ ਜਿਹੜਾ ਟੂਰਿਸਟ ਜਾਂ ਸਟੂਡੈਂਟ ਬਣ ਗਿਆ. ਮੈਂ ਐਕਚੁਅਲੀ ਆਪਣੀ 3 ਫੀਲਡ ਸ਼ੋਅ ਕੀਤੀ ਹੋਈ ਸੀ. ਇੱਕ ਮੈਂ ਕੀਤਾ ਸੀ ਆਪਣਾ ਰੈਸਟੋਰੈਂਟ ਦਾ, ਕਿ ਮੈਂ ਉੱਥੇ ਸ਼ੈਫ ਸੀਗਾ, ਐਂਡ ਇੱਕ ਮੈਂ ਮਸ਼ੀਨ ਓਪਰੇਟਿੰਗ ਕਰਦਾ ਸੀ. ਲਾਸਟ ਜੋਬ ਆਸਟ੍ਰੇਲੀਆ ਦੇ ਵਿੱਚ ਮੇਰੀ ਮਸ਼ੀਨ ਓਪਰੇਟਰ ਦੀ ਸੀਗੀ, ਐਂਡ ਇੰਡੀਆ ਦੇ ਵਿੱਚ ਐਜ਼ ਏ ਐਗਰੀਕਲਚਰ. What I will strongly want you to do is this, ke tusi aate gaye ho ethe, your 6 months of the permit is expiring in how many days? Think a month ago. ek mahina ho raha kya? nahi, oh 6 months total. nahi, 6 months da hai, tuhanu aaye ho, ek mahina ho gaya na? ek mahina ho gaya. haan ji, 5 mahine tade kol, 4.5 ya 5 mahine ho gaye. jab tusi agar study admission loge, fir apply karoge, it may take 1 month or more, you know, because study bhi sir online hogi hui hai, then oh bhi problem hai na, oh problem. is karke main tuhanu advice, mere dilon tuhanu advice e kar raha ke tusi itthe panga na lo. okay, admission tusi le lo, admission offer leke india dobara mud ke jao, eh visa apna kharab na kar lena. ਜੇ ਅਗਰ ਤੁਸੀਂ ਇੱਥੇ ਓਵਰ ਸਟੇ ਕਰ ਗਏ, ਓਵਰ ਐਕਸਟੈਂਡ ਕਰ ਗਏ, ਤੁਸੀਂ ਪ੍ਰੋਬਲਮ ਹੋ ਜਾਗੀ ਤੁਹਾਡੇ ਐਕਸਪ੍ਰੈਸ ਐਂਟਰੀ ਜਿਹੜੀ ਵੀ ਪਾਈ ਸੀ. ਹਾਂਜੀ, ਐਂਡ ਸਰ ਜੇ ਆਪਾਂ ਐਕਸਟੈਂਸ਼ਨ ਵੀ ਅਪਲਾਈ ਕਰਦੇ, ਇਸ ਗੋਨਾ ਅਫੈਕਟ ਔਨ ਦ ਫਾਈਲ ਐਸ ਵੈਲ ਇਜ਼ ਇਟ? ਮੈਂ ਸਮਝਾ ਨਹੀਂ ਦੁਬਾਰਾ, ਕੀ ਕਰਾਂ ਸਰ? ਜੇ ਮੈਂ ਆਪਾਂ ਐਕਸਟੈਂਸ਼ਨ ਅਪਲਾਈ ਕਰਦੇ ਹਾਂ, ਨਹੀਂ ਆ ਫਰਕ ਤੇ ਨਹੀਂ ਪੈਂਦਾ, ਲੇਕਿਨ ਇਟਸ ਨਾਟ ਇਨ ਗੁੱਡ ਸਪਿਰਿਟ, ਕਰਨ ਦੀ ਲੋੜ ਨਹੀਂ ਹੈ. 10 ਸਾਲ ਦਾ ਤੁਹਾਡਾ ਮਲਟੀਪਲ ਵੀਜ਼ਾ ਹੈ, ਤੁਸੀਂ ਜਾਓਗੇ ਸ਼ਾਨ ਨਾਲ ਅਗਲੇ 6 ਮਹੀਨੇ ਬਾਅਦ ਦੁਬਾਰਾ ਆ ਸਕਦੇ ਹੋ, ਤੁਹਾਡੇ ਇੰਟਰਨਲ ਵੀਜ਼ਾ ਮਸਾ ਦਾ. ਸੋ ਇਸ ਕਰਕੇ ਲਾਲਚ ਕਰਕੇ ਆਪਣਾ ਵੀਜ਼ਾ ਸਟੇਟਸ ਖਰਾਬ ਨਾ ਕਰਨਾ. ਹਾਂ, ਲੀਗਲੀ ਤੁਹਾਨੂੰ ਅਗਰ ਕੋਈ ਸ਼ੈਫ ਜਾਂ ਕੁੱਕ ਦਾ ਇਸ ਤਰ੍ਹਾਂ LMIA ਮਿਲਦਾ ਹੈ, ਠੀਕ ਹੈ, ਐਂਡ ਦੈਨ ਗੋ ਫੋਰ ਇਟ. ਓਕੇ, ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ, ਥੈਂਕ ਯੂ ਫੋਰ ਕਾਈਂਡ ਹੈਲਪ ਸਰ, ਥੈਂਕ ਯੂ, ਸਟੇ ਸੇਫ, ਥੈਂਕ ਯੂ, ਬਾਏ ਬਾਏ.